ਏਵਨ ਪੰਜਾਬੀ ਤੇਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਦੋਸਤੋ ਨਵਜੋਤ ਸਿੰਘ ਸਿੱਧੂ ਬੇਬਾਕੀ ਕਰਕੇ ਜਾਣੇ ਜਾਂਦੇ ਨੇ ਜੋ ਬੋਲਦੇ ਨੇ ਉਹਨਾਂ ਨੂੰ ਸਾਹਿਤਿਕ ਰੂਪ ਵੀ ਦੇਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਅੱਜਕੱਲ ਅੱਜਕੱਲ ਸੋਸ਼ਲ ਮੀਡੀਆ ਦੇ ਉੱਪਰ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਸਾਹਮਣੇ ਖੜੇ ਨੇ ਔਰ ਝੁੱਕ ਕੇ ਖੜੇ ਨੇ ਔਰ ਦੂਸਰੀ ਤਸਵੀਰ ਦੇ ਵਿੱਚ ਹੱਥ ਜੋੜ ਕੇ ਖੜੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜਿਹੜੇ ਕਿ ਸੁਖਬੀਰ ਬਾਦਲ ਸਾਹਿਬ ਨੂੰ ਹਿੰਸਾ ਕਹਿ ਕੇ ਬੁਲਾਉਂਦੇ ਨੇ ਅੱਜ ਕੱਲੇ نیچے ਨਾਮ ਲਿਖਣਾ ਸ਼ੁਰੂ ਹੋ ਗਿਆ ਸੁਨੀਲ ਜਾਖੜ ਹਿੰਸਾ ਲੇਕਿਨ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਦੋਸਤੋ ਤੇ ਨਵਜੋਤ ਸਿੰਘ ਸਿੱਧੂ ਹਮੇਸ਼ਾ ਇਹ ਗੱਲ ਨੂੰ ਕਹਿੰਦੇ ਆਏ ਨੇ ਕਿ ਇਹ ਸਿਰ ਝੁਕੇਗਾ ਤਾਂ ਸਿਰਫ ਤਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲੇਕਿਨ ਡੇਰਾ ਮੁਖੀ ਦੇ ਸਾਹਮਣੇ ਸਿਰ ਚੁਕਾ ਕੇ ਖੜੇ ਹੋਣ ਦੀ ਜਿਹੜੀ ਇਹ ਤਸਵੀਰ ਹੈ ਇਹ ਅੱਜਕੱਲ ਖੂਬ ਸੁਰਖੀਆਂ ਬਟੋਰ ਰਹੀ ਹੈ ਔਰ ਦੂਜੇ ਪਾਸੇ ਸੁਨੀਲ ਜਾਖੜ ਜੀ ਦੋਸਤੋ ਗੱਲ ਇੱਥੇ ਇਹ ਹੈ ਕਿ ਆਪਣੇ ਅੰਦਰ ਅੰਦਰ ਚ ਆਪਣੇ ਆਪ ਸਾਨੂੰ ਝਾਤੀ ਮਾਰਨੀ ਚਾਹੀਦੀ ਹੈ ਅਸੀਂ ਕਿੰਨੇ ਕੁ ਦੁੱਧ ਤੋਤੇ ਆ ਉਹ ਜਿਵੇਂ ਇੱਕ ਗੀਤ ਵੀ ਹੈ ਨਾ ਕਿ ਪਹਿਲਾ ਪੱਥਰ ਉਹ ਹੀ ਮਾਰੇਗਾ ਜਿਸ ਨੇ ਕਦੇ ਜ਼ਿੰਦਗੀ ਦੇ ਵਿੱਚ ਪਾਪ ਨਾ ਕੀਤਾ ਹੋਵੇ ਔਰ ਦੋਸਤੋ ਰਾਜਕੁਮਾਰ ਸਾਹਿਬ ਦੀ ਫਿਲਮ ਦਾ ਇੱਕ ਢਾ ਲੈ ਕੇ ਆ ਕਿ ਜਿਨ੍ਹਾਂ ਦੇ ਘਰ ਖੁਦ ਸ਼ੀਸ਼ੇ ਦੇ ਹੁੰਦੇ ਨੇ ਉਹ ਦੂਸਰਿਆਂ ਦੇ ਘਰ ਪੱਥਰ ਨਹੀਂ ਮਾਰਿਆ ਕਰਦੇ ਹੁਣ ਤੁਸੀਂ ਇਹ ਦੇਖ ਲਓ ਕਿ ਮਤਲਬ ਕੌਣ ਚੰਗਾ ਕੌਣ ਬੁਰਾ ਮਤਲਬ ਰਾਜਨੀਤੀ ਤੇ ਨਜ਼ਰ ਮਾਰੀਏ ਤੇ ਸਾਡੇ ਹਿਸਾਬ ਦੇ ਨਾਲ ਇਹੋ ਜਿਹਾ ਕੋਈ ਸ਼ਖਸ ਨਹੀਂ ਹੈ ਜਿਸ ਨੇ ਜ਼ਿੰਦਗੀ ਚ ਕੋਈ ਪਾਪ ਨਾ ਕੀਤਾ ਹੋਵੇ ਫਰਲ ਅਪਡੇਟਡ ਨਿਊਜ਼ Please subscribe, Ava News, and click the bell icon.